ਅਸਲਾਮ ਵਾਲੇਕੁਮ ਦੋਸਤੋ, ਵੀਰੋ ਸੱਜਣੋ, ਕੀ ਹਾਲ ਹੈ? ਤੁਹਾਡਾ ਭਰਾ ਇਜਾਜ਼ ਤਾਰੜ, ਤੁਸੀਂ ਵੇਖ ਰਹੇ ਤਾਰੜ ਹੈਗੀ ਚੈਨਲ। ਲਓ ਦੋਸਤੋ, ਵੀਰੋ ਸੱਜਣੋ, ਮੁਕੰਮਲ ਰਿਪੋਰਟ 2024 ਗੰਦਮ ਦੀ। ਜਨਾਬ, ਪੂਰੇ ਸੀਜ਼ਨ ਤੁਹਾਨੂੰ ਕੋਈ ਵੀ ਵੀਡੀਓ ਨਹੀਂ ਪਾਈ, ਸਮਝ ਨਹੀਂ ਆਈ, ਦਿਲ ਨੇ ਮੰਨਿਆ ਨਹੀਂ ਤਾਂ ਵੀਡੀਓ ਨਹੀਂ ਪਾਈ। ਹੁਣ ਮੇਰੇ ਭਰਾ ਸੱਜਣ ਵੀਰ ਪੁੱਛ ਰਹੇ ਸੀ ਆਖਰੀ ਰਿਪੋਰਟ ਕੀ ਹੈ ਮਸ਼ੀਨ ਦੀ, ਪਰ ਅਸੀਂ ਆਖਿਆ ਵੀ ਹੁਣ ਆਪਣੇ ਸਾਰੇ ਭਰਾਵਾਂ ਨੂੰ ਮੁਕੰਮਲ ਇੱਕੋ ਹੀ ਵੀਡੀਓ ਦੇ ਵਿੱਚ ਪੂਰੀ ਇਨਫੋਰਮੇਸ਼ਨ ਦੇ ਦਈਏ। ਸਾਡੀਆਂ ਗੱਲਾਂ ਗੌਰ ਨਾਲ ਸੁਣਿਓ, ਅੱਛੀਆਂ ਲੱਗਣ, ਚੰਗੀਆਂ ਲੱਗਣ ਤਾਂ ਪੱਲੇ ਬੰਨ ਲਿਓ ਅਤੇ ਸਾਡੇ ਵਾਸਤੇ ਦੁਆ ਕਰ ਦਿਓ। ਦੋਸਤੋ, ਵੀਰੋ ਸੱਜਣੋ, ਰੋਈ ਦੇ ਵਿੱਚ ਮਸ਼ੀਨ ਗਈ ਸੀ ਜਨਾਬਿਆਂ ਲਈ ਈਦ ਤੋਂ ਪਹਿਲੇ। ਰੋਈ ਵਿੱਚ 10 ਦਿਨ ਮਸ਼ੀਨ ਖਲੋ ਕੇ ਵਾਪਸ ਆਈ। ਉੱਥੇ ਮਸ਼ੀਨ ਵਾਲੇ ਭਰਾਵਾਂ ਸੱਜਣਾ ਵੀਰਾਂ ਨੇ 3,304,000 ਰੁਪਇਆ ਰੇਟ ਚਲਾਇਆ। ਅਸੀਂ ਮਸ਼ੀਨ ਨਹੀਂ ਕਟਾਈ ਕੀਤੀ, ਸਿਰਫ ਔਰ ਸਿਰਫ 1 ਕਿੱਲਾ ਕਟਾਈ ਜਨਾਬ ਕਰਕੇ 5,500 ਰੁਪਏ ਦੇ, 1 ਕਿੱਲਾ ਕਟਾਈ 5,500 ਰੁਪਏ ਦੇ ਕਰਕੇ ਜਨਾਬਿਆਂ ਲਈ ਉੱਥੋਂ ਮਸ਼ੀਨ ਆ ਗਈ ਜਨਾਬਿਆਂ ਲਈ ਸਾਡੀ ਗੈਲੇਵਾਲ। ਗੈਲੇਵਾਲ ਸਾਡੇ ਕੋਲ ਭਰਾ ਸੱਜਣ ਵੀਰ ਸੀ, ਉਹਨਾਂ ਨੇ ਸਾਨੂੰ ਆਖਿਆ ਚਲੋ ਮਸ਼ੀਨ ਭੇਜ ਦਿਓ। ਉੱਥੇ ਜਾ ਕੇ ਮਸ਼ੀਨ ਚਲਾਈ ਜਨਾਬ, ਈਦ ਤੋਂ 1-2 ਦਿਨ ਪਹਿਲੇ ਚਲਾਈ ਅਤੇ ਈਦ ਦੀ ਛੁੱਟੀਆਂ ਆ ਗਈਆਂ। ਈਦ ਤੋਂ ਬਾਅਦ 1-2 ਦਿਨ ਚਲਾਈ ਜਨਾਬ, ਉੱਥੋਂ ਵੀ ਕਟਾਈ ਨੇੜੇ ਨੇੜੇ ਲੱਗ ਗਈ, ਕੋਈ ਬਾਰਿਸ਼ ਪੈ ਗਈ। ਉੱਥੋਂ ਮਸ਼ੀਨ ਅਸੀਂ 80 ਕਿੱਲੇ ਵੱਢ ਕੇ ਜਨਾਬਿਆਂ ਲਈ 5,500 ਰੁਪਈਏ ਰੇਟ 'ਤੇ 80 ਕਿੱਲੇ ਕਟਾਈ ਕਰਕੇ ਜਨਾਬਿਆਂ ਲਈ। ਉੱਥੋਂ ਭਰਾਵਾਂ ਸੱਜਣ ਵੀਰ ਅੱਛੇ ਬੰਦੇ ਸੀ, ਉਹਨਾਂ ਨੇ ਸਾਡਾ ਤਾਵਨ ਬੜਾ ਕੀਤਾ। ਉੱਥੋਂ ਕਟਾਈ ਕਰਨ ਤੋਂ ਬਾਅਦ ਮਸ਼ੀਨ ਆ ਗਈ ਜਨਾਬ ਅੱਡਾ ਛਨਾਲ 'ਤੇ ਮਸ਼ੀਨ ਜਨਾਬ ਲਿਆ ਕੇ ਠੱਲੀ। 2 ਦਿਨ ਬਾਰਿਸ਼ ਹੁੰਦੀ ਤੀ ਜਨਾਬਿਆਂ ਲਈ, ਗੱਪਾਂ ਛੱਪਾਂ ਮਾਰਦੇ ਰਹੇ। ਉਸ ਤੋਂ ਬਾਅਦ ਅੱਡੇ ਛਨਾਲ ਤੋਂ ਜਨਾਬ ਮਸ਼ੀਨ ਬਾਰਿਸ਼ ਨੇ ਹਟੀ, ਧੁੱਪ ਚੜ੍ਹੀ, ਨਾਲ ਜਨਾਬ ਅੱਡਾ ਪਰਮਟ ਬਲੋਚਾਂ ਦੀ ਬਸਤੀ। ਉੱਥੇ 1-2 ਬੇਲੀ ਸੱਜਣ ਸੀ, ਉਹਨਾਂ ਆਖਿਆ ਜੀ ਬਲੋਚਾਂ ਕੋਲ ਆਓ। ਨਾਮ ਬਲੋਚਾਂ ਦਾ ਸੁਣਿਆ, ਆਖਿਆ ਵੀ ਯਾਰ ਕੀ ਕਰੀਏ, ਪਰ ਉਹਨਾਂ ਆਖਿਆ ਨਹੀਂ ਆਓ ਜੀ ਤੁਹਾਨੂੰ ਪੇਮੈਂਟ ਮਿਲੇਗੀ। ਗੱਲ ਉਹਨਾਂ ਕੀਤੀ, ਲਓ ਜੀ ਆ ਸਾਰੀ ਬਸਤੀ ਸਾਡੀ ਹੈ, 200 ਕਿੱਲਾ ਕਟਾਈ ਕਰਨੀ ਜੇ 6,000 ਰੁਪਇਆ ਰੇਟ ਮੁੱਕ ਗਿਆ ਜੀ। ਲਓ ਜੀ ਇਸ ਟਾਈਮ ਮਸ਼ੀਨ ਜਿਹੜੀ ਚੱਲ ਰਹੀ ਹੈ ਇਹ ਜਨਾਬ 80 ਕਿੱਲੇ ਵੱਢਣ ਤੋਂ ਬਾਅਦ ਜਨਾਬ ਪਹਿਲੇ ਦਿਨ ਪਹਿਲਾ ਕਿੱਲਾ ਵੱਢ ਰਹੀ ਹੈ। ਈਦ ਤੋਂ ਤਕਰੀਬਨ 5-6 ਦਿਨ ਬਾਅਦ ਚੱਲੀ ਇੱਥੇ ਆ ਕੇ। ਇਹ ਸਰਕਾਰ ਜਨਾਬ 6,000 ਰੁਪਈਏ 'ਤੇ ਬਲੋਚਾਂ ਦੀ ਬਸਤੀ ਵਿੱਚ ਮਸ਼ੀਨ ਚੱਲ ਰਹੀ ਜੇ। ਬਲੋਚਾਂ ਦੇ ਆਖਿਆ ਜੀ ਕਟਾਈ ਕਰੋ, ਕਟਾਈ ਕਰਦੇ ਰਹੇ ਜਨਾਬ, ਬਲੋਚ ਆਉਂਦੇ ਰਹੇ, ਅਸੀਂ ਜਾਂਦੇ ਰਹੇ, ਉਹ ਜਾਂਦੇ ਰਹੇ, ਅਸੀਂ ਆਉਂਦੇ ਰਹੇ, ਇਹ ਗੱਲ ਅਤੇ ਇਹ ਬਾਤ। ਉਸ ਤੋਂ ਬਾਅਦ ਜਨਾਬ ਤੇਲ ਦੇ ਕੋਈ ਪੈਸੇ ਲੈਂਦੇ ਰਹੇ ਨਾਲ ਨਾਲ। ਗੱਲ ਕਰਨ ਦਾ ਮਕਸਦ ਹੈ, ਕਟਾਈ ਇਹਨਾਂ ਨੇ ਬਲੋਚਾਂ ਨੇ ਕਰਾਈ ਜਨਾਬਿਆਂ ਲਈ ਕੋਈ 40-45 ਕਿੱਲੇ 40-45 ਕਿੱਲੇ ਕਟਾਈ ਜਨਾਬਿਆਂ ਲਈ ਅਸੀਂ ਕੀਤੀ। ਪਹਿਲੇ ਦਿਨ ਜਦੋਂ ਗਏ ਹਾਂ ਜਨਾਬ, ਮਸ਼ੀਨ ਚਲਾਈ ਸੀ ਸ਼ਾਮੀ 4 ਵਜੇ ਮਸ਼ੀਨ ਚਲਾਈ, ਕੋਈ 10-12-13-15 ਕਿੱਲੇ ਵੱਢੀ। ਉਸ ਤੋਂ ਬਾਅਦ ਅਗਲੇ ਦਿਨ ਮਸ਼ੀਨ ਚੱਲੀ ਜਨਾਬ, ਉਹਨਾਂ ਦੀ ਸ਼ਾਮ ਤੀਕਰ ਕਟਾਈ ਕੀਤੀ 40-42 ਕਿੱਲੇ ਕਿ 45 ਕਿੱਲੇ। ਲਓ ਜੀ ਬਲੋਚਾਂ ਦੇ ਹੱਥ ਖੜੇ ਹੋ ਗਏ, 200 ਕਿੱਲਾ ਵਿੱਚ ਹੀ ਰਹਿ ਗਿਆ। ਉਹਨਾਂ ਆਖਿਆ ਜੀ ਬਸ ਜੀ ਆ, ਬੰਦੇ ਪੈਸੇ ਨਹੀਂ ਦਿੰਦੇ, ਯੇ ਤਾਂ ਵੋ ਤਾਂ ਫਲਾਣ ਟਗਾਣ। ਮਸ਼ੀਨ ਉੱਥੋਂ ਕੱਢ ਲਈ ਜਨਾਬਿਆਂ ਲਈ, ਮਸ਼ੀਨ ਵਾਪਸ ਆ ਗਈ ਅੱਡੇ ਛਨਾਲ 'ਤੇ। ਬਲੋਚਾਂ ਮਾਸ਼ਾਅੱਲਾ ਸਾਡੇ ਕੋਲ ਕਟਾਈ ਕਰਾਈ ਜਨਾਬਿਆਂ ਲਈ, ਕੋਈ 1,00,000 ਦਾ ਤੇਲ ਪਵਾਇਆ, ਕੋਈ 50,000 ਬਾਅਦ 'ਚ ਲੈ ਲਿਆ। ਉਸ ਤੋਂ ਬਾਅਦ ਕੋਈ ਘਾਟਾ ਵਾਧਾ ਕਰ ਕਰਾ ਕੇ 27,000 ਰੁਪਈਆ ਡੋਬ ਕੇ ਬਲੋਚਾਂ ਵਾਲੀ ਬਸਤੀ ਅਸੀਂ ਵਾਪਸ ਪਹੁੰਚ ਗਏ ਅੱਡਾ ਛਨਾਲ। ਅੱਡਾ ਛਨਾਲ 'ਤੇ ਭਾਈ ਮੀਆਂ ਇਮਰਾਨ ਉੱਥੇ ਸੀ, ਭਾਈ ਸੁਫਿਆਨ ਸੰਧੂ ਸੀ, ਉਹਨਾਂ ਦੀਆਂ ਮਸ਼ੀਨਾਂ ਸੀ, ਸਾਡੀਆਂ ਮਸ਼ੀਨਾਂ ਸੀ। ਕੋਈ ਬਾਰਿਸ਼ ਆ ਗਈ, ਕਦੀ ਚਲਾ ਲਈ, ਕਦੀ ਬੰਦ ਕਰ ਲਈ, ਜਾ ਕੇ ਮਸ਼ੀਨ ਚਲਾਈ ਜਨਾਬਿਆਂ ਲਈ। 5,500 ਰੁਪਏ 'ਚ ਵੀ ਕਟਾਈ ਕੀਤੀ ਅੱਡੇ ਛਨਾਲ 'ਤੇ, 5,000 ਵੀ ਕੀਤੀ। ਭਰਾਓ ਸੱਜਣੋ ਵੀਰੋ, ਗੱਲ ਸੱਚ ਹੱਕ ਦੀ ਕਰਨੀ ਹੈ, ਮੁਕੰਮਲ ਰਿਪੋਰਟ ਦੇਣੀ ਹੈ। ਝੂਠ ਆਪਣੇ ਕੋਲ ਨਹੀਂ ਮਾਰਿਆ ਜਾਂਦਾ ਵੀ ਇਹ ਸੀਜ਼ਨ ਇਹ ਹੋਇਆ ਅਤੇ ਫਲਾਣ ਹੋਇਆ, ਟਿਗਮ ਹੋਇਆ, ਫਲਾਣ ਹੋਇਆ, ਇੰਨੇ ਕਿੱਲੇ, ਇੰਨੀਆਂ ਕਟਾਈਆਂ ਕਰ ਦਿੱਤੀਆਂ। ਜਿੰਨੇ ਸੀਜ਼ਨ ਦੀ ਵਾਈ ਸੀ ਕਿ ਸੀਜ਼ਨ ਦੇ ਵਿੱਚ ਜਨਾਬਿਆਂ ਲਈ ਪੂਰੇ ਬਲਾਕੇ 'ਚ ਕਣਕ ਹੀ ਕਣਕ ਸੀ, ਅਤੇ ਉਸ ਦੇ ਬਾਵਜੂਦ ਵੀ ਕੰਮ ਨਹੀਂ ਚੱਲਿਆ। ਵਜ੍ਹਾ ਬਾਰਿਸ਼ਾਂ, ਦੂਸਰੀ ਵਜ੍ਹਾ ਜ਼ਿਮੀਂਦਾਰ ਕੋਲ ਪੈਸਾ ਨਾ ਹੋਣਾ, ਕਣਕ ਨਾ ਵਿਕਣੀ, ਤੀਜੀ ਸਾਡੀ ਮਸ਼ੀਨ ਵਾਲੇ ਦੀ ਆਪਣੀ ਨਹਿ ਲਈ ਕਿ ਇੱਕ ਜਗ੍ਹਾ 'ਤੇ ਮਸ਼ੀਨ ਚੱਲਣੀ, ਦੂਜੇ ਆ ਕੇ ਉੱਤੇ ਮਸ਼ੀਨ ਚਲਾ ਦੇਣੀ, ਅਸੀਂ ਇੱਕ ਦੂਜੇ ਦੇ ਉੱਤੇ ਚਿੜੀਆਂ ਮਾਰਨੀਆਂ। ਮਸ਼ੀਨਾਂ ਦਾ ਕਾਰੋਬਾਰ ਜਨਾਬ ਵੱਧ ਗਿਆ, ਮਸ਼ੀਨਾਂ ਵੱਧ ਗਈਆਂ, ਕਾਰੋਬਾਰ ਘੱਟ ਗਿਆ। ਜਨਾਬ ਬਲੋਚਾਂ ਦੀ ਬਸਤੀ ਤੋਂ ਚਲਾਉਣ ਤੋਂ ਬਾਅਦ 27,000 ਰੁਪਇਆ ਮਰਾਉਣ ਤੋਂ ਬਾਅਦ ਜਨਾਬ ਮਸ਼ੀਨ ਅੱਡਾ ਛਨਾਲ 'ਤੇ ਚੱਲ ਰਹੀ ਹੈ ਇਸ ਟਾਈਮ। ਇੱਥੇ ਮਲਕ ਸਾਹਿਬ ਦੀ ਕਟਾਈ ਕਰ ਰਹੇ ਹਾਂ, ਡਾਕਟਰ ਸਾਹਿਬ ਦੀ ਕਟਾਈ ਕਰ ਰਹੇ ਹਾਂ, ਭਾਈ ਲਿਆਕਤ ਦੀ ਕਟਾਈ ਕਰ ਰਹੇ ਹਾਂ। ਬਹੁਤ ਅੱਛੇ ਬੰਦੇ ਸੀ, ਕਟਾਈ ਪਲਾਟਾਂ 'ਚ 55 ਵੀ ਲਿਆ, 5 ਵੀ ਲਿਆ। ਇਹਨਾਂ ਦੇ ਦਿਨ ਜਨਾਬਿਆਂ ਲਈ ਮਸ਼ੀਨ 40 ਕਿੱਲੇ ਵੀ ਵੱਢੀ ਹੈ, ਮਸ਼ੀਨ ਨੇ 50 ਕਿੱਲਾ ਵੀ ਦਿਹਾੜ 'ਚ ਵੱਢੀ ਹੈ।
ਇਹ ਪਲਾਟ ਤੁਹਾਡੇ ਸਾਹਮਣੇ ਨਜ਼ਰ ਆ ਰਹੇ ਨੇ, ਕਣਕ ਬਿਲਕੁਲ ਖਲੋਤ ਸੀ, ਉਹਨਾਂ ਦਾ ਕਹਿਣਾ ਸੀ ਕਿ ਮਸ਼ੀਨ ਮਾਸ਼ਾਅੱਲਾ ਬਹੁਤ ਅੱਛੀ ਚੱਲੀ ਹੈ, ਅਸੀਂ ਸਾਰੀ ਜ਼ਿੰਦਗੀ ਕੰਮ ਕਰਾਉਂਦੇ ਰਹੇ ਹਾਂ, ਇਸ ਨਾਲ ਦਾ ਕੰਮ ਮਸ਼ੀਨ ਨੇ ਨਹੀਂ ਕੀਤਾ, ਇਨਸ਼ਾਅੱਲਾ ਤੁਹਾਨੂੰ ਅਗਲੇ ਸਾਲ ਬੁਲਾਵਾਂਗੇ। ਵੇਖੋ ਜੀ ਅਗਲੇ ਸਾਲ ਦਾਣਾ ਪਾਣੀ ਦਾ ਅਖਤਿਆਰ ਹੈ, ਜ਼ਿਮੀਂਦਾਰਾਂ ਦੇ ਤਾਂ ਜ਼ਰੂਰ ਨੇ, ਬੁਲਾਉਂਦੇ ਸਾਨੂੰ ਕੋਈ ਨਹੀਂ। ਅਗਲੀ ਵਾਰੀ ਉਹਨੇ ਆਖਿਆ ਹੋਰ ਮੜੇ ਭਰਾ ਸੱਜਣ ਵੀ ਰੱਪੜ ਜਾਂਦੇ ਨੇ ਸਾਡੇ ਤੋਂ ਪਹਿਲਾਂ ਵੀ। ਇਹ ਜਨਾਬਿਆਂ ਲਈ ਅੱਡਾ ਛਨਾਲ 'ਤੇ ਮਸ਼ੀਨ ਚੱਲ ਰਹੀ ਹੈ, 3 ਦਿਨ ਚੱਲੀ, 4 ਦਿਨ ਚੱਲੀ, 5 ਦਿਨ ਚੱਲੀ ਹੈ, ਅੱਡੇ ਛਨਾਲ 'ਤੇ ਮਸ਼ੀਨ ਚੱਲਦੀ ਰਹੀ ਹੈ ਜਨਾਬਿਆਂ ਲਈ। ਤਕਰੀਬਨ ਮਸ਼ੀਨ ਨੇ ਜਨਾਬਿਆਂ ਲਈ ਕੋਈ 225-30 ਕਿੱਲੇ ਜਨਾਬਿਆਂ ਲਈ ਅੱਡੇ ਛਨਾਲ 'ਤੇ ਕੰਮ ਕੀਤਾ ਹੈ, 5,500 ਰੇਟ ਦੇ ਵਿੱਚ। ਬਹੁਤ ਅੱਛੇ ਬੰਦੇ ਨੇ ਅੱਡੇ ਛਨਾਲ ਦੇ ਭਾਅ ਜੀ, ਕੰਮ ਕਰਾਉਂਦੇ ਨੇ, ਜੋ ਜ਼ਬਾਨ ਕਰਦੇ ਨੇ, ਪੇਮੈਂਟ ਮੌਕੇ 'ਤੇ ਦਿੰਦੇ ਨੇ। ਮੁਕੰਮਲ ਪੇਮੈਂਟ ਚੁੱਕਤਾ ਕਰਨ ਤੋਂ ਬਾਅਦ ਜਨਾਬਿਆਂ ਲਈ ਅੱਡੇ ਛਨਾਲ 'ਤੇ ਮਸ਼ੀਨ ਅਜੇ ਵੀ ਚੱਲ ਰਹੀ ਹੈ। ਅੱਡੇ ਛਨਾਲ ਚੱਲਣ ਤੋਂ ਬਾਅਦ ਜਨਾਬਿਆਂ ਲਈ ਸਾਡਾ ਭਾਈ ਰਜ਼ਾਕ ਖਾਨੇਵਾਲ, ਉਹਨਾਂ ਦੀ ਅਸੀਂ ਮਿੰਤਰਲਾ ਕੀਤੀ ਕਿ ਤੁਹਾਡੀਆਂ ਮਸ਼ੀਨਾਂ ਗਈਆਂ ਨੇ ਬਲੋਚਿਸਤਾਨ, ਕੋਈ ਸਾਨੂੰ 2-4 ਦਿਨ ਦਾ ਕੰਮ ਦਿਓ, ਕਿਉਂਕਿ ਕੰਮ ਮਸ਼ੀਨ ਵਾਲਿਆਂ ਨੂੰ ਇਸ ਵਾਰੀ ਭੱਜ ਭੱਜ ਕੇ ਲੱਭਣਾ ਪਿਆ, ਆਪਣੇ ਆਪ ਨਹੀਂ ਲੱਭਾ, ਕਿਉਂਕਿ ਰੇਟ ਘੱਟ ਲੈਂਦੇ ਅਤੇ ਫਿਰ ਤਾਂ ਕੰਮ ਲੱਭਦਾ, ਨਹੀਂ ਤਾਂ ਵਰਨਾ ਕੰਮ ਨਹੀਂ ਲੱਭਾ। ਇਸ ਤੋਂ ਬਾਅਦ ਜਨਾਬ ਹੁਣ ਸਾਡੀ ਮਸ਼ੀਨ ਪਹੁੰਚੇ ਦੀ ਖਾਨੇਵਾਲ, ਉੱਥੇ ਭਾਈ ਰਜ਼ਾਕ ਨੇ ਕੰਮ ਦਿੱਤਾ ਜਨਾਬਿਆਂ ਲਈ, ਮਸ਼ੀਨ ਗਈ ਹੈ, ਪਹਿਲੇ ਦਿਨ ਚਲਾਈ ਹੈ, ਸ਼ਾਮ ਨੂੰ ਬਾਰਿਸ਼ ਆ ਗਈ ਹੈ, ਉਸ ਤੋਂ ਬਾਅਦ ਅਗਲੇ ਦਿਨ ਫਿਰ ਚਲਾਈ ਹੈ, ਉਸ ਇੱਕ ਘਰ ਦਾ 52 ਕਿੱਲਾ ਵੱਢਿਆ ਜਨਾਬਿਆਂ ਲਈ, 6,000 ਰੁਪਇਆ ਰੇਟ, 52 ਕਿੱਲੇ ਕਟਾਈ 2 ਦਿਨ ਦੇ ਵਿੱਚ ਹੋਈ, ਉਹ ਜਨਾਬਿਆਂ ਲਈ ਮਾਸ਼ਾਅੱਲਾ ਉਹਨਾਂ ਦੀ ਕਟਾਈ ਕਰਨ ਤੋਂ ਬਾਅਦ ਉਹਨਾਂ ਨੇ ਪੇਮੈਂਟ ਜਨਾਬ ਭਾਈ ਰਜ਼ਾਕ ਨੇ ਸਾਡੇ ਅਕਾਊਂਟ 'ਚ ਅਮਨਾ ਮਾਨ ਪਾ ਦਿੱਤੀ। ਠੀਕ ਹੈ, ਅਜੇ ਤੱਕ ਮਸ਼ੀਨ ਇਸ ਟਾਈਮ ਅੱਡੇ ਛਨਾਲ ਚੱਲ ਰਹੀ ਜੇ, ਪਹੁੰਚੀ ਨਹੀਂ ਜੇ ਉੱਥੇ ਆਪਣਾ ਖਾਨੇਵਾਲ, ਖਾਨੇਵਾਲ ਆਉਂਦੀ ਹੈ ਤੁਹਾਨੂੰ ਹਕੀਕਤ ਉਹ ਵੀ ਦੱਸ ਦਿੰਦੇ ਹਾਂ। ਉਸ ਤੋਂ ਬਾਅਦ ਜਨਾਬਿਆਂ ਲਈ 52 ਕਿੱਲੇ ਕਟਾਈ ਕਰਨ ਤੋਂ ਬਾਅਦ ਉਸ ਤੋਂ ਬਾਅਦ ਭਾਈ ਰਜ਼ਾਕ ਨੇ ਜਨਾਬ ਅਗਲੀ ਜਗ੍ਹਾ 'ਤੇ ਮਸ਼ੀਨ ਕੱਲੀ 35 ਕਿੱਲੇ 'ਤੇ, 35 ਕਿੱਲੇ ਵਾਲੇ ਵੀ ਭਾਈਆਂ ਦੀ ਕਟਾਈ ਕੀਤੀ ਹੈ, ਮਾਸ਼ਾਅੱਲਾ ਬਹੁਤ ਅੱਛੇ ਬੰਦੇ ਸੀ, 35 ਕਿੱਲੇ ਦੇ ਪਲਾਟ ਹੀ ਸੀ, ਮਸ਼ੀਨ ਕਟਾਈ ਕਾਫੀ ਭਾਰੀ ਸੀ, ਸੁਬਹਾ ਮਸ਼ੀਨ ਚੱਲੀ ਹੈ, ਸ਼ਾਮ ਨੂੰ ਮਸ਼ੀਨ ਨੇ ਰੋਹ ਧੋ ਕੇ ਜਨਾਬਿਆਂ ਲਈ 35 ਕਿੱਲੇ ਕਟਾਈ 8 ਵਜੇ ਤੀਕਰ ਕਰ ਦਿੱਤੀ ਹੈ ਜੀ। ਦੋਸਤੋ ਅੱਡੇ ਛਨਾਲ ਤੋਂ ਜਨਾਬ ਭਾਈ ਸਾਡਾ ਆਖਰੀ ਦਿਨ ਨੇ, ਇੱਥੋਂ ਹੁਣ ਮਸ਼ੀਨ ਜਾ ਰਹੀ ਹੈ ਖਾਨੇਵਾਲ, ਅੱਡੇ ਛਨਾਲ 'ਤੇ ਚੱਲ ਮੇਰੇ ਭਰਾ ਆਏ ਨੇ ਮਸ਼ੀਨਾਂ ਲੈ ਕੇ, ਉਹਨਾਂ ਦੀ ਗੱਲਬਾਤ ਸੁਣੋ ਜੀ। ਚੱਲ ਗਿਆ, ਆਓ ਭਾਜੀ, ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਤੁਹਾਡਾ ਭਰਾ ਯਾਰ ਤਾਰਨ, ਤੁਸੀਂ ਵੇਖ ਰਹੇ ਤਾਰਨ ਡੈਲੀ ਚੈਨਲ। ਅੱਜ ਅਸੀਂ ਮੌਜੂਦ ਹਾਂ ਜਨਾਬਿਆਂ ਲਈ ਲੋਧਾ ਦੇ ਇਲਾਕੇ ਦੇ ਵਿੱਚ, ਅੱਡਾ ਛਨਾਲ ਪਰਮਟ ਜਲਾ ਰਾਈਆਂ, ਟੋਟਲ ਇਸ ਇਲਾਕੇ ਜਨਾਬਿਆਂ ਲਈ 18 ਤਰੀਕ ਹੈ, 18 ਤਰੀਕ ਹੈ ਜਨਾਬਿਆਂ ਲਈ। ਦੇਖੋ ਦਿਹਾੜ 1 ਵਜੇ ਦਾ ਟਾਈਮ ਹੈ, ਇਹ ਮੇਰੇ ਭਰਾਵਾਂ ਦੀਆਂ ਮਸ਼ੀਨਾਂ ਰੋਡਾਂ 'ਤੇ ਖੜੀਆਂ ਨੇ, ਕਿਉਂ ਖੜੀਆਂ ਨੇ, ਪੂਰਾ ਭਰਪੂਰ ਸੀਜ਼ਨ ਹੈ, ਸਿਰਫ ਔਰ ਸਿਰਫ ਰੇਟ ਦੀ ਕਾਰਗਰਦਗੀ ਵਾਸਤੇ। ਜਿਹੜਾ ਵੀ ਮੇਰਾ ਭਰਾ ਸੱਜਣ ਵੀਰ ਇਸ ਮਸ਼ੀਨਾਂ ਲੈ ਕੇ ਆਇਆ, ਉਹਨਾਂ 4500 ਤੋਂ ਰੱਖ ਕੇ ਜਨਾਬਿਆਂ ਲਈ 5000 ਫੜ ਕੇ ਰੜਕੇ ਕੱਢ ਦਿੱਤੇ ਨੇ। ਏਡੀਆਂ ਸੋਹਣੀਆਂ ਮਸ਼ੀਨਾਂ ਲੈ ਕੇ 4500-5000 ਰੁਪਇਆ ਰੇਟ, ਸ਼ਾਮ ਨੂੰ ਕਿੱਲੇ ਮਗਰ ਬਚਣਾ ਕੱਖ ਵੀ ਨਹੀਂ। ਇਹ ਆਪਣਾ ਕਾਰੋਬਾਰ ਮਸ਼ੀਨਾਂ ਵਾਲਿਆ ਆਪਣੇ ਹੱਥੀਂ ਤਬਾਹ ਕੀਤਾ ਹੈ, ਤੁਹਾਨੂੰ ਨਾ ਆਪਣੀਆਂ ਕੀਤੀਆਂ ਆਪਣੇ ਅੱਗੇ ਹੁੰਦੀਆਂ ਨੇ, ਇਹ ਤੁਹਾਨੂੰ ਜਨਾਬ ਯਾਰੀ ਦਾ ਪਤਾ ਬਾਹਰ ਹੀ ਨੂੰ ਲੱਗਣਾ ਕਿ ਸਾਡੇ ਨਾਲ ਕੀ ਬਣਿਆ ਕੀ ਨਾ ਬਣਿਆ, ਕਿਸ਼ਤਾਂ ਨਾ ਬਣੀਆਂ। ਅਤੇ ਤੁਹਾਨੂੰ ਕਿੰਨਾ ਦਿਨ ਹੋ ਗਏ ਇੱਥੇ ਆਏ ਨੇ ਜੀ? ਚੌਥਾ ਦਿਨ ਹੈ। ਇਸ ਤੋਂ ਪਹਿਲਾਂ ਕਿੱਥੇ ਨੇ ਜੀ? ਸਾਦਕਾਬਾਦ ਕੀ ਰੇਟ ਰਿਹਾ? ਉੱਥੇ ਕੰਮ ਠੀਕ ਰਿਹਾ? ਉੱਥੇ ਕਿੰਨੀ ਕਿੰਨੀ ਕਰ ਰਿਹਾ ਜੀ? ਮਤਲਬ ਚਲੋ ਗੁਜ਼ਾਰਾ ਮੁਤਾਬਕ ਤੁਸੀਂ ਕੁਝ ਪਿੱਛੇ ਕਰ ਆਏ ਗੇ, ਅਤੇ ਹੁਣ ਇੱਥੇ ਤੁਹਾਨੂੰ ਰੇਟ ਨਹੀਂ ਮਿਲਿਆ, ਤੁਸੀਂ ਅੱਜ ਪੱਕੀਆਂ ਚੁੱਕ ਲਈਆਂ ਨੇ। ਚੰਗਾ ਵੀ ਸਜਣਾ ਵੀਰੋ, ਮਿਹਰਬਾਨੀ ਜਨਾਬ, ਕੰਮ ਤੋਂ ਨਹੀਂ ਕਰੋ, ਖੋਜੀ ਮੈਂ ਜਿਵੇਂ ਸੀਜ਼ਨ ਇਕੱਠਾ ਹੋ ਰਿਹਾ ਨਾ ਜੀ, ਪੂਰੇ ਪਾਕਿਸਤਾਨ ਦਾ ਜ਼ਿੰਦਗੀ 'ਚ ਪਹਿਲੀ ਵਾਰੀ ਸੀਜ਼ਨ ਇਕੱਠਾ ਹੋ ਰਿਹਾ, ਇੰਜ ਵੀ ਤੁਸੀਂ ਇਕੱਠੇ ਹੋ ਕੇ ਰੇਟ ਨੂੰ ਬਿਲਕੁਲ ਥੱਲੇ ਲਈ ਆਓ, ਇਸ ਜਗ੍ਹਾ 'ਤੇ ਲੈ ਹੋ ਕੇ ਮਸ਼ੀਨ ਵਾਲਾ ਨਾਮੋ ਨਿਸ਼ਾਨ ਖਤਮ ਹੋ ਜਾਵੇ, ਮਿਹਰਬਾਨੀ ਜੀ। ਦੋਸਤੋ ਵੀਰੋ ਸੱਜਣੋ, ਮਾਸ਼ਾਅੱਲਾ ਭਰਾਵਾਂ ਸੱਜਣਾ, ਤੁਸੀਂ ਗੱਲਬਾਤ ਸੁਣੀਏ, ਇਹ ਮਸ਼ੀਨਾਂ ਕਿੱਥੋਂ ਲੈ ਕੇ ਆਏ ਨੇ, ਅਤੇ ਦਿਹਾੜ 1 ਵਜੇ ਜਨਾਬ 18 ਤਰੀਕ ਨੂੰ ਮਸ਼ੀਨਾਂ 2 ਵਿਹਲੀਆਂ ਖੜੀਆਂ, ਸਾਰਾ ਦਿਨ ਇਹਨਾਂ ਨੇ ਕਟਾਈ ਨਹੀਂ ਕੀਤੀ।
ਅਗਰ ਕਰਦੇ ਤਾਂ ਫਿਰ ਇਹਨਾਂ ਦਾ ਦੋ ਦੋ ਲੱਖ ਦਾ ਕੰਮ ਹੋਣਾ ਸੀ। ਇਹਨਾਂ ਨੇ ਨਹੀਂ ਬਿਹਤਰ ਸਮਝਿਆ ਜਨਾਬੇ ਵਾਲੀ ਅਤੇ ਮਸ਼ੀਨਾਂ ਕੂਚ ਕਰ ਗਏ ਨੇ। ਅਤੇ ਅਸੀਂ ਵੀ ਜਨਾਬ 18 ਤਰੀਕ ਨੂੰ ਜਨਾਬੇ ਵਾਲੀ 18 ਤਰੀਕ ਤੋਂ ਬਾਅਦ ਅਸੀਂ ਇੱਕ ਜਾਂ ਦੋ ਦਿਨ ਅਸੀਂ ਛਨਾਲ ਅੱਡੇ 'ਤੇ ਰਹੇ ਹਾਂ। ਉਸ ਤੋਂ ਬਾਅਦ ਜਨਾਬ ਸਾਡੀ ਕੂਚ ਹੈ ਅਤੇ ਅਜੇ ਸਾਰਾ ਮਸ਼ੀਨ ਸਮਝ ਲਓ ਇਸ ਟਾਈਮ ਵੀ ਛਨਾਲ ਅੱਡੇ 'ਚ ਆ ਰਹੀ ਹੈ ਜਨਾਬ। ਇਹ ਕਟਾਈ ਦੀ ਪੋਜੀਸ਼ਨ ਸੀ ਜਨਾਬ, ਚੈੱਕ ਕਰ ਲਓ ਤੁਸੀਂ, ਪਲਾਟਾਂ ਦੀ ਕਟਾਈ ਸੀ, ਕਟਾਈ ਖਲੋਤ ਸੀ। ਇਸ ਵਾਸਤੇ ਅਸੀਂ ਗੁਜ਼ਾਰੇ ਮੁਤਾਬਕ ਕੀਤੀ ਹੈ ਵੀ ਜਾਂਦੇ ਚੋਰ ਦੀ ਲਗੋਟੀ ਸਹੀ ਕਿ ਕਟਾਈ ਖਲੋਤ ਹੈ ਅਤੇ ਕੁਚਾਰਾਂ ਨੇ ਬਣ ਜਾਣਦੇ, ਕਿਉਂਕਿ 40 ਤੋਂ 50 ਕਿੱਲਾ ਦਿਹਾੜ ਮਸ਼ੀਨ ਕਟਾਈ ਕਰ ਜਾਂਦੀ ਸੀ। ਟਰੈਲੇ ਉਹਨਾਂ ਦੇ ਨਾਲ ਨਾ ਰਹੇ ਨੇ ਜਨਾਬ। ਅਤੇ ਛਨਾਲ ਅੱਡੇ ਤੋਂ ਬਾਅਦ ਜਨਾਬ ਅੱਗੇ ਮਸ਼ੀਨ ਪਹੁੰਚੇ ਦੀ ਭਾਈ ਅਬਦੁਲ ਰਜ਼ਾਕ ਖਾਨੇਵਾਲ ਵਾਲਿਆਂ ਦੇ ਖਾਤੇ ਦੇ ਵਿੱਚ। ਉਰੀ ਕੀ ਕਤਾ ਨੂੰ ਮੈਂ ਪਿੱਛੇ ਦੱਸੀ ਹੈ ਜੋ ਹੋਇਆ ਨਹੀਂ ਹੋਇਆ। ਲਓ ਜਨਾਬ, ਇਸ ਤੋਂ ਬਾਅਦ ਜਨਾਬ ਸ਼ੁਰੂ ਹੋ ਗਿਆ ਖਾਨੇਵਾਲ ਦਾ ਇਲਾਕਾ। ਲਓ ਜੀ, ਆ ਖਾਨੇਵਾਲ ਦੇ ਇਲਾਕੇ 'ਚ 52 ਕਿੱਲੇ ਦੀ ਕਟਾਈ ਕੀਤੀ, ਉੱਥੇ ਮੈਂ ਨਹੀਂ ਪਹੁੰਚ ਸਕਿਆ। ਇਹ 35 ਕਿੱਲੇ ਕਟਾਈ ਜਿਹੜੀ ਹੈ ਚੰਗੀ ਸਾਨ ਕਟਾਈ ਸੀ, ਸ਼ਾਮ ਵਾਲੇ ਮੈਂ ਪਹੁੰਚਿਆ, ਚੰਗੀ ਕਟਾਈ ਸੀ। 60 ਤੋਂ 65 ਮਾਣ ਕਿੱਲੇ ਦੀ ਕਟਾਈ ਨਿਕਲੀ ਹੈ ਮਾਸ਼ਾਅੱਲਾ, ਬਹੁਤ ਸੋਹਣੀ ਕਟਾਈ ਨਿਕਲੀ ਹੈ। ਅਤੇ ਮਸ਼ੀਨ ਨੇ ਦਾਣਾ ਬਹੁਤ ਔਖਾ ਕਵਰ ਕੀਤਾ ਕਿਉਂਕਿ ਦਾਣਾ ਇਸ 'ਤੇ ਬਹੁਤ ਜ਼ਿਆਦਾ ਸੀ। ਇਹ ਸੁਬਹਾ 9 ਵਜੇ ਚਲਾਈ ਹੈ ਅਤੇ ਰਾਤੀ 9 ਵਜੇ ਤੀਕਰ ਜਨਾਬ 35 ਕਿੱਲੇ ਕਟਾਈ ਹੋਈ ਹੈ। ਵਿੱਚ 1 ਘੰਟਾ ਮਸ਼ੀਨ ਬੰਦ ਰਹੀ ਹੈ ਟਰੈਲਾ ਨਾ ਆਉਣ ਦੀ ਵਜ੍ਹਾ ਤੋਂ। ਅਤੇ ਇਹ ਜਨਾਬ ਵਾਲੀ ਕਟਾਈ ਕਰਨ ਤੋਂ ਬਾਅਦ ਮਾਸ਼ਾਅੱਲਾ ਜਨਾਬ ਖਾਨੇਵਾਲ ਦਾ ਇਲਾਕਾ ਟੋਟਲ ਸਾਡਾ ਪੇਮੈਂਟ ਲੁੱਕ ਲਈਏ ਰਹੇ ਪੱਕਾ 6000 ਰੁਪਈਆ ਰੇਟ। ਅਤੇ ਭਾਈ ਅਬਦੁਲ ਰਜ਼ਾਕ ਦੀ ਮਿਹਰਬਾਨੀ, ਉਹਨੇ ਜਿਹੜੇ 2-4 ਦਿਨ ਸਾਡੇ ਲਵਾਏ ਨੇ ਜਨਾਬ ਵਾਲੀ, ਉਹ ਅਸੀਂ ਉਹਨਾਂ 'ਤੇ ਰਾਜ਼ੀ ਹਾਂ। ਅਤੇ ਅੱਲਾਹ ਤਾਲਾ ਉਹਨਾਂ ਦੇ ਕਾਰੋਬਾਰ 'ਚ ਬਰਕਤ ਪਾਵੇ। ਇਹ ਜਨਾਬ ਮਸ਼ੀਨ ਚੱਲ ਰਹੀ ਹੈ ਇਸ ਟਾਈਮ ਸਾਡੀ ਖਾਨੇਵਾਲ ਮੋਟਰਵੇ ਦੇ ਬਿਲਕੁਲ ਕੋਲ। ਇਹ ਤੁਹਾਨੂੰ ਇੱਥੇ ਮੋਟਰਵੇ ਵੀ ਨਜ਼ਰ ਆ ਜਾਂਦਾ ਹੋਣੇ ਜਨਾਬ। ਅਤੇ ਕਟਾਈ ਕਰ ਰਹੀ ਹੈ ਮਸ਼ੀਨ, ਸ਼ਾਮ ਦਾ ਟਾਈਮ ਹੈ। ਕਟਾਈ ਦੀ ਪੋਜੀਸ਼ਨ ਚੈੱਕ ਕਰ ਲਓ, ਕਟਾਈ ਭਾਰੀ ਹੈ ਪਰ ਹੈ ਖਲੋਤੀ ਹੈ। ਅਤੇ ਖਾਨੇਵਾਲ ਤੋਂ ਜਨਾਬ ਮਸ਼ੀਨ ਸਾਡੀ ਜਾ ਰਹੀ ਹੈ, ਇਸ ਤੋਂ ਬਾਅਦ ਅਸੀਂ ਕਟਾਈ ਵਾਸਤੇ ਲੱਭਣ ਅੱਗੇ ਚਲੇ ਗਏ ਹਾਂ। ਅੱਗੇ ਕਿਹੜੇ ਇਲਾਕੇ 'ਚ ਜਾਂਦੀ ਹੈ, ਕੀ ਰੇਟ ਚੱਲਦਾ ਜਨਾਬ, ਉਹਦੀ ਵੀ ਹਕੀਕਤ ਦੱਸੀ ਜਾਵੇ ਦੀ, ਮੁਕੰਮਲ ਡਿਟੇਲ ਤੁਹਾਨੂੰ ਦਿੱਤੀ ਜਾਵੇ ਦੀ। ਸਾਰੇ ਭਰਾ ਵੀਡੀਓ ਨੂੰ ਵੇਖ ਕੇ ਗੌਰ ਕਰ ਲਓ ਕਿ ਇਹ ਸੀਜ਼ਨ ਸਾਡੇ ਨਾਲ ਕੀ ਬਣਿਆ ਅਤੇ ਕੀ ਨਹੀਂ ਬਣਿਆ। ਅਸੀਂ ਗੱਲ ਹੱਕ ਸੱਚ ਦੀ ਕਰਨੀ ਹੈ, ਤੁਸੀਂ ਮੰਨ ਲਓ ਤੁਹਾਡੀ ਮਿਹਰਬਾਨੀ, ਨਾ ਮੰਨੋ ਤਾਂ ਵੀ ਤੁਹਾਡੀ ਮਿਹਰਬਾਨੀ। ਗੱਲ ਇਨਸ਼ਾਅੱਲਾ ਪੂਰੀ ਜ਼ਿੰਦਗੀ ਕਰਾਂ ਅਤੇ ਸੱਚੀ ਕਰਾਂ ਅਤੇ ਝੂਠੀ ਨਹੀਂ ਕਰਨੀ। ਕੋਈ ਮੇਰਾ ਭਰਾ ਸੱਜਣ ਵੀਰ ਵੀ ਸਾਨੂੰ ਆਉਂਦਾ ਅਸੀਂ ਮਸ਼ੀਨ ਲੈਣੀ, ਅਸੀਂ ਉਹਨੂੰ ਹਕੀਕਤ ਦੱਸਣਾ ਕਿ ਇਹ ਮਸ਼ੀਨ ਚੰਗੀ ਹੈ ਮਾੜੀ ਆ, ਲੈਣੀ ਹੈ ਜਾ ਕੇ ਲੈ ਲਾ, ਸੌਦਾ ਅਸੀਂ ਨਹੀਂ ਕਰਾਉਣਾ। ਦੱਸ ਦਿੰਦੇ ਹੁੰਦੇ ਹਾਂ ਕਿ ਇਹ ਚੀਜ਼ ਤੇਰੇ ਫਾਇਦੇ ਦੀ ਹੈ ਕਿ ਨੁਕਸਾਨ ਦੀ ਹੈ। ਠੀਕ ਹੋ ਗਿਆ ਜੀ। ਅਤੇ ਇਸ ਤੋਂ ਬਾਅਦ ਜਨਾਬੇ ਲਈ ਇਹ ਮੇਰੇ ਭਰਾ ਸੱਜਣ ਵੀਰ ਇਸ ਰਸਤੇ ਹੀ ਸਾਨੂੰ ਟਕਰੇ ਸੀ। ਨਹੀਂ ਜੀ, ਇਹ ਮਸ਼ੀਨਾਂ ਸਾਰਾ ਹੁਣ ਅਸੀਂ ਛਨਾਲ ਅਤੇ ਸਾਡੀ ਮਸ਼ੀਨ ਚੱਲ ਰਹੀ ਹੈ। ਅਤੇ ਇਹ ਜਨਾਬੇ ਵਾਲੀ ਉਸ ਤੋਂ ਆਪਣਾ 18 ਤਰੀਕ ਵਾਲੇ ਦਿਨ ਸ਼ਾਮ ਨੂੰ ਮਸ਼ੀਨਾਂ ਜਨਾਬ ਉੱਥੋਂ ਲੋਡ ਹੋ ਰਹੀਆਂ ਨੇ 19 ਜਾਂ 20 ਤਰੀਕ ਨੂੰ 18 ਨਹੀਂ ਤਾਂ ਉਹ ਸੀ 19 ਜਾਂ 20 ਤਰੀਕ ਨੂੰ ਜਨਾਬ ਸਫਿਆਨ ਸੰਧੂ ਦੀਆਂ ਮਸ਼ੀਨਾਂ ਟਰੈਲੇ 'ਤੇ ਲੋਡ ਹੋ ਕੇ ਜਨਾਬ ਇਹ ਜਾ ਰਹੀਆਂ ਨੇ ਆਪਣਾ ਧਰਮਕੋਟ ਗੁਜਰਾਲੇ ਜੀ। 2,20,000 ਰੁਪਏ 'ਚ ਟਰੈਲਾ ਕਰਾਇਆ ਜਨਾਬ ਵਾਲੀ, ਮਾਸ਼ਾਅੱਲਾ ਅੱਡੇ ਵਾਲੇ ਟਰੈਲਾ ਘੱਲਿਆ ਜਨਾਬ, ਬਾਈ ਵੀਲਰ ਆਇਆ, ਉਹਨੇ ਰੇਸਾਂ ਸ਼ੇਸਾਂ ਚੰਗੀਆਂ ਦਿੱਤੀਆਂ ਨੇ ਜਨਾਬ। ਮਸ਼ੀਨਾਂ ਲੋਡ ਕਰਨ ਤੋਂ ਬਾਅਦ ਉਹਨੇ ਪ੍ਰੈਸ਼ਰ ਪ੍ਰੂਸ਼ਰ ਪੂਰਾ ਕੀਤਾ, ਮਸ਼ੀਨਾਂ 2,20,000 ਭਰਨ ਦਾ ਮਕਸਦ ਕੀ ਸੀ ਕਿ 2,20,000 ਲੱਦ ਕੇ ਜਨਾਬ ਵਾਲੀ ਅਤੇ ਸ਼ਾਮੀ ਚਾਨਣੇ ਚਾਨਣੇ ਮਸ਼ੀਨਾਂ ਲੋਡ ਕਰਕੇ ਸੁਬਹਾ ਦਿਨ ਚੜ੍ਹੇ ਜਨਾਬ ਧਰਮਕੋਟ ਗੁਜਰਾਲੇ ਹੋਣ ਦੀਆਂ, ਅਸੀਂ ਮਸ਼ੀਨਾਂ ਲਾ ਕੇ ਆਪਣੀ ਦਿਹਾੜੀ ਕਮਾ ਲਾਂਦੇ। ਲਓ ਜੀ, ਟਰੈਲੇ ਵਾਲਾ ਮਾਸ਼ਾਅੱਲਾ ਪ੍ਰੈਸ਼ਰ ਪ੍ਰੂਸ਼ਰ ਬਣਾਉਂਦਾ ਰਿਹਾ, ਪਰ ਟਰੈਲੇ ਦੀ ਸਪੀਡ ਰਹੀ ਜੇ ਸਿਰਫ ਔਰ ਸਿਰਫ 5 ਕਿਲੋਮੀਟਰ ਫੀ ਘੰਟੇ ਦੀ ਸਪੀਡ 'ਚ। ਕਿਨਾਂ ਨਾਲ ਤੇਲ ਪਵਾਉਂਦਾ ਰਿਹਾ, ਉਹਦੇ ਕੋਲ ਤੇਲ ਜੋ ਕਿ ਪੈਸੇ ਕੋਲ ਨਹੀਂ ਸੀ, ਹਾਲਾਂਕਿ ਇਹਨਾਂ ਨੇ 40,000 ਰੁਪਈਆ ਮੇਰੇ ਸਾਹਮਣੇ ਐਡਵਾਂਸ ਭੇਜਿਆ। ਗੱਲ ਕਰਨ ਦਾ ਮਕਸਦ ਇਹ ਟਰੈਲੇ ਵਾਲਿਆਂ ਨੇ 2,20,000 ਰੁਪਈਆ ਲੈ ਕੇ ਇਹਨਾਂ ਨੂੰ ਜਨਾਬੇ ਵਾਲੀ ਸੁਬਹਾ ਦਿਨ ਚੜ੍ਹੇ ਪੱਤੋ ਕੀ ਕ੍ਰਾਸ ਕੀਤਾ। ਉਹਨੇ ਕਿਹਾ ਜੀ, ਮੇਰੇ ਟਰੈਲੇ ਦਾ ਇੰਜਣ ਖਰਾਬ ਹੈ, 5 ਕਿਲੋਮੀਟਰ ਤੋਂ ਉੱਤੇ ਸਪੀਡ ਨਹੀਂ ਮਾਰਦਾ। ਟਰੈਲੇ ਵਾਲਿਆਂ ਵੀ ਜ਼ਿਆਦਾ ਕੀਤੀ ਮਸ਼ੀਨਾਂ ਵਾਲਿਆਂ ਨਾਲ, ਅਗਰ ਮਸ਼ੀਨਾਂ ਇਸ ਟਾਈਮ 4 ਤੋਂ 5 ਵਜੇ ਅੱਡੇ ਛਨਾਲ ਤੋਂ ਟੋਰਦਾ, ਸੁਬਹਾ ਦਿਨ ਚੜ੍ਹਨ ਤੋਂ ਪਹਿਲੇ ਜਨਾਬ ਧਰਮਕੋਟ ਹੋਣੀਆਂ ਸੀ। ਇਹਨਾਂ ਨੇ ਇਹ ਹੋਰ ਵੀ ਮੇਰੇ ਭਰਾ ਟਰੈਲੇ ਦੇ ਮਸ਼ੀਨਾਂ ਨਾਲ ਸਿੰਗਲ ਵੀ ਸਿੰਗਲ 'ਤੇ ਵੀ ਲੱਗ ਰਹੇ ਨੇ। ਸਿੰਗਲ ਵਾਲੇ ਦਾ ਰੇਟ ਉਸ ਦਿਨ 1,50,000 ਰੁਪਈਆ ਸੀ ਗੁਜਰਾਲੇ ਦਾ ਅਤੇ ਨਾਰੋਵਾਲ ਦਾ।
ਇਹ ਮਸ਼ੀਨਾਂ ਸੁਫਿਆਨ ਸੰਧੂ ਦੀਆਂ ਲੋਡ ਹੋ ਕੇ ਦੋ ਜਨਾਬ ਜਾ ਰਹੀਆਂ ਸੀ। ਇਹਨਾਂ ਨੇ ਜਨਾਬਿਆਂ ਲਈ ਇੱਕ ਰਾਤ ਵੀ ਅਤੇ ਇੱਕ ਦਿਹਾੜ ਵੀ, ਇਹਨਾਂ ਜਨਾਬ ਇੱਕ ਪੂਰੀ ਰਾਤ ਤੈਗੂ ਜਨਾਬ ਸ਼ਾਮ ਨੂੰ 5 ਵਜੇ ਜਿਸ ਟਾਈਮ ਮਸ਼ੀਨਾਂ ਲੋਡ ਕੀਤੀਆਂ ਨੇ ਉਦੋਂ ਅਗਲੇ ਦਿਨ ਜਨਾਬ ਇਹਨਾਂ ਨੇ ਪੂਰੇ 24 ਘੰਟੇ ਬਾਅਦ ਜਨਾਬ ਮਸ਼ੀਨਾਂ ਜਾ ਕੇ ਧਰਮਕੋਟ ਲਾਈਆਂ ਨੇ। ਇਹਨਾਂ ਟਰਾਲੇ ਵਾਲਿਆਂ ਨੇ ਜਨਾਬ ਇਹਨਾਂ ਦੀ ਦਿਹਾੜਾਂ 2-3 ਖਰਾਬ ਕੀਤੀਆਂ ਨੇ ਮਾਸ਼ਾਅੱਲਾ ਜਨਾਬ, ਬਿਹਤਰੀਨ ਤਰੀਕੇ ਦੇ ਨਾਲ। ਇਹ ਗੱਲ ਜੇ ਅਤੇ ਇਹ ਬਾਤ ਜੇ, ਇਹ ਮਸ਼ੀਨਾਂ ਦੋ ਲੋਡ ਹੋ ਗਈਆਂ ਜੀ ਜਨਾਬਿਆਂ ਲਈ, ਅਤੇ ਇਹ ਭਰਾ ਮਸ਼ੀਨਾਂ ਜਿਹੜੇ ਭਰਾ ਖਲੋਤੇ ਨੇ ਇਹ ਵੀ ਜਨਾਬਿਆਂ ਲਈ ਮਸ਼ੀਨਾਂ ਆਪਣੇ ਘਰ ਲੁੜੰਗਾਉਣੀਆਂ ਨੇ। ਇਹ ਜਨਾਬ 20-21 ਤਰੀਕ ਹੋਵੇਗੀ ਇਸ ਤਰ੍ਹਾਂ ਦਿਨ, ਅਤੇ 20-30 ਨੂੰ ਜਨਾਬਿਆਂ ਲਈ ਟੋਟਲ ਛਨਾਲ ਅੱਡਾ ਫਾਰਗ ਸੀ। ਛਨਾਲ ਅੱਡੇ ਤੋਂ ਮਸ਼ੀਨਾਂ ਜਨਾਬ ਸਾਰੀਆਂ ਸ਼ਾਮ ਨੂੰ ਲੋਡ ਹੋ ਕੇ ਜਨਾਬਿਆਂ ਲਈ ਗੁਜਰਾਂ ਵਾਲਾ, ਧਰਮਕੋਟ, ਸਿਆਲਕੋਟ, ਬਾਬਾ ਜੀ, ਨਾਰੋਵਾਲ, ਡਸਕਾ, ਸਾਰੇ ਇਲਾਕਿਆਂ 'ਚ ਮਸ਼ੀਨਾਂ ਵਾਪਸ ਆਪਣੇ ਆਪਣੇ ਇਲਾਕੇ 'ਚ ਪਹੁੰਚ ਗਈਆਂ ਨੇ। ਉਸ ਦਿਨ ਜਨਾਬ ਉਸ ਇੱਕ ਮਸ਼ੀਨ ਨੂੰ ਅੱਗ ਵੀ ਲੱਗੀ ਉੱਥੇ, ਅਤੇ ਇਹ ਜਾ ਰਹੀ ਐਂਬੂਲੈਂਸ ਫੁੱਲ ਸਪੀਡ 'ਚ ਜਨਾਬ, ਉਸ ਇਲਾਕੇ ਦੇ ਵਿੱਚ ਮਸ਼ੀਨ ਨੂੰ ਅੱਗ ਵੀ ਲੱਗ ਗਈ ਸੀ, ਅਤੇ ਐਂਬੂਲੈਂਸ ਦੀ ਮਿਹਰਬਾਨੀ ਜਨਾਬ 112 ਵਾਲਿਆਂ ਦੀ ਕਿ ਉਹ ਮੌਕੇ 'ਤੇ ਪਹੁੰਚ ਕੇ ਜਿੰਨਾ ਕੁ ਉਹਨਾਂ ਕੋਲ ਹੋ ਸਕਦਾ ਉਹ ਕੰਮ ਕਰਦੇ ਨੇ। ਇਹ ਲੋੜਨ ਦੀ ਵੀਡੀਓ ਜੇ 53 ਫੁੱਟ ਟਰੈਲਾ ਹੋਵੇ ਅਤੇ ਦੋ ਮਸ਼ੀਨਾਂ ਅਤੇ 13 ਫੁੱਟ ਕਟਰ 14 ਫੁੱਟ ਦਿੰਦੇ ਨੇ, 55 ਫੁੱਟ ਹੋਵੇ ਤਾਂ 17 ਫੁੱਟ ਲਈ ਜਾਂਦਾ। ਜੀ ਦੋਸਤੋ, ਵੀਰੋ ਭਰਾਓ, ਇਹ ਮਸ਼ੀਨਾਂ ਚੱਲ ਰਹੀਆਂ ਜਨਾਬ ਅਲੀ ਖਾਨੇਵਾਲ ਦੇ ਇਲਾਕੇ 'ਚ, ਜਿਹੜਾ 35 ਕਿੱਲੇ ਦਾ ਪਲਾਟ ਸੀ। ਇਹ ਸੁਆਹ ਮੋਟਰਵੇ ਤਾਂ ਨਜ਼ਰ ਆ ਰਿਹਾ ਕੋਲ ਖਾਨੇਵਾਲ ਦਾ ਜਨਾਬ, ਕਬੀਰ ਵਾਲੇ ਦਾ। ਇਹ ਮੋਟਰਵੇ ਦੇ ਕੋਲ ਹੀ 35 ਕਿੱਲੇ ਪਲਾਟ ਸੀ, 9 ਵਜੇ ਚਲਾਈ ਹੈ ਅਤੇ ਸ਼ਾਮੀ 9 ਵਜੇ ਤੀਕਰ 35 ਕਿੱਲੇ ਵੱਢੇ ਗਏ ਸੀ। ਕਣਕ 60-65 ਕਿੱਲੇ ਵਾਲੀ ਸੀ, ਬਹੁਤ ਅੱਛੇ ਬੰਦੇ ਸੀ ਜਿਹਨਾਂ ਜਨਾਬ ਮੌਕੇ 'ਤੇ ਪੇਮੈਂਟ ਦੇ ਦਿੱਤੀ ਜਨਾਬ, ਮਿਹਰਬਾਨੀ ਭਾਈ ਰਜ਼ਾਕ ਦੀ। ਇਸ ਤੋਂ ਬਾਅਦ ਮਸ਼ੀਨਾਂ ਕਿਹੜੀ ਜਗ੍ਹਾ ਪਹੁੰਚਦੀਆਂ ਨੇ ਆਪ ਰਾਬਤਾ ਤੁਹਾਨੂੰ ਦੱਸਣੇ ਆ, ਕਿੱਥੇ ਗਈਆਂ ਕਿੱਥੇ ਨਹੀਂ। ਲਓ ਜੀ, ਬਿਸਮਿਲ੍ਲਾ ਰਹਿਮਾਨ ਰਹੀਮ। ਲਓ ਦੋਸਤੋ, ਵੀਰੋ ਸੱਜਣੋ, ਜਨਾਬ ਇਹ ਹੁਣ ਅਸੀਂ ਮਸ਼ੀਨ ਦੇ ਪਿੱਛੇ ਗਏ ਹਾਂ, ਮਸ਼ੀਨ ਚੱਲ ਰਹੀ ਹੈ ਕੈਂਪ ਭਰਵਾਣੇ। ਇਸ ਤੋਂ ਬਾਅਦ ਜਨਾਬ ਵੇਲੇ ਸਾਡਾ ਦਾਣਾ ਪਾਣੀ ਦਾ ਅਖਤਿਆਰ ਸੀ, ਅਸੀਂ ਚਲੇ ਗਏ ਕੈਂਪ ਭਰਵਾਣੇ। ਕੈਂਪ ਭਰਵਾਣੇ ਦੇ ਪਲਾਟ ਚੈੱਕ ਕਰ ਲਓ ਜੀ, ਪਲਾਟ ਅੱਛੇ ਨੇ। ਸਾਡੇ ਜਾਣ ਤੋਂ ਪਹਿਲੇ 3 ਮਸ਼ੀਨਾਂ ਉਹਨਾਂ ਨੂੰ ਲੱਗੀਆਂ ਸੀ, 4ਥੀ ਮਸ਼ੀਨ ਸਾਡੀ ਗਈ ਹੈ। ਸਾਡੇ ਤੋਂ ਪਹਿਲੇ ਉਹ ਮਸ਼ੀਨਾਂ 200-300-300 ਕਿੱਲਾ ਵੱਡੀ ਖੜੀਆਂ ਸੀ। ਬੰਦੇ ਤੱਲਾ ਕਾਲੇ ਸੀ, ਉਹਨਾਂ ਰਾਬਤਾ ਕੀਤਾ, ਉਹਨਾਂ ਕਿਹਾ ਭਾਅ ਜੀ 6,000 ਰੁਪਈਏ 'ਤੇ ਮਸ਼ੀਨ ਲੱਗੀਆਂ ਨੇ, ਇੱਕ ਹੀ ਸਾਡੀ ਗੱਲ ਹੈ, ਇੱਕ ਹੀ ਸਾਡੀ ਬਾਤ ਹੈ। ਇਹ 200 ਕਿੱਲੇ ਦਾ ਪਲਾਟ ਜੇ ਨਜ਼ਰ ਮਾਰ ਲਓ, ਅਗਰ ਦਿਲ ਮੰਦਾ ਜੇ ਮਸ਼ੀਨ ਭੇਜ ਦਿਓ। ਅਸੀਂ ਜਾ ਕੇ ਪਲਾਟ ਚੈੱਕ ਕੀਤਾ, ਪਲਾਟ 40 ਕਿੱਲਾ, 45 ਕਿੱਲਾ, 20 ਕਿੱਲਾ, 30 ਕਿੱਲਾ ਇਕੱਠਾ ਹੀ ਵਲੀ ਦਾ ਸੀ। ਇਹ ਜਿਸ ਪਲਾਟ ਨੂੰ ਵਲਿਆ ਮਸ਼ੀਨ ਨੇ ਜਨਾਬ, ਇਹ ਵੀ 40 ਕਿੱਲੇ ਦਾ ਇਕੱਠਾ ਪਲਾਟ ਹੀ ਹੈ। ਪਲਟ ਇਕੱਠੇ ਤੋਂ ਮਰਾਦ 10-10 ਕਿੱਲੇ ਦੀਆਂ ਪੱਟੀਆਂ ਨੇ, ਇੱਕ ਘੱਟੋ ਰੀਜਨ ਪਹੁੰਚ ਜਾਓ। ਦਾਣੇ ਵਿੱਚ ਸੱਟਣੇ ਹੁੰਦੇ ਨੇ ਜਨਾਬ ਉੱਥੇ ਤਰਪਾਲ 'ਤੇ। ਇਹ ਮਸ਼ੀਨ ਤੁਹਾਡੇ ਸਾਹਮਣੇ 17 ਫੁੱਟ ਕਟਰ 'ਤੇ ਚੱਲ ਰਹੀ ਹੈ, ਕਿਹੜੀ ਸਪੀਡ ਚੱਲ ਰਹੀ ਹੈ, ਕਿਵੇਂ ਚੱਲ ਰਹੀ ਹੈ, ਉਹਨਾਂ ਦਾ ਵੀ ਕੰਮ ਕੀਤਾ ਜਨਾਬ। ਉਸ ਇਲਾਕੇ ਦੇ ਬੰਦੇ ਬਹੁਤ ਅੱਛੇ ਨੇ ਜਨਾਬਿਆਂ ਲਈ, ਸਾਰਿਆਂ ਦਾ ਪਤਾ ਨਹੀਂ ਜਿਸ ਭਰਾ ਕੋਲ ਅਸੀਂ ਗਏ ਹਾਂ ਜਨਾਬਿਆਂ ਲਈ, ਉਹ ਬਹੁਤ ਅੱਛੇ ਨੇ, ਅੱਲਾ ਪਾਕ ਉਹਨਾਂ ਨੂੰ ਬਰਕਤ ਦੇਵੇ। ਕਈ ਬੰਦੇ ਬੜੇ ਬੜੇ ਅੱਛੇ ਟੱਕਰ ਪੈਂਦੇ ਨੇ, ਕਈ ਬੰਦੇ ਜਨਾਬ ਅੱਗੇ ਪਿੱਛੇ ਵੀ ਟੱਕਰ ਪੈਂਦੇ ਨੇ, ਜਿਹੜਾ ਜਿਵੇਂ ਤੱਕ ਟੱਕਰੇ ਸਾਡਾ ਕੰਮ ਹੈ ਰਿਪੋਰਟ ਦੇਣੀ। ਕੈਂਪ ਭਰਵਾਣੇ ਵਿੱਚ ਜਨਾਬ ਸਾਡੇ ਭਰਾ ਉੱਥੇ ਸਪੇਅਰ ਪਾਰਟ ਵਾਲੇ ਵੀ ਟੱਕਰੇ ਨੇ, ਉਹਨਾਂ ਦੀ ਵੀ ਵੀਡੀਓ ਅਸੀਂ ਬਣਾਈ ਸੀ, ਉਹ ਵੀ ਬੰਦੇ ਬਹੁਤ ਅੱਛੇ ਸੀ। ਉਹਨਾਂ ਦੇ ਕੋਲ ਸਪੇਅਰ ਪਾਰਟ ਵੀ ਸੀ, ਉਸ ਤੋਂ ਬਾਅਦ ਉਹਨਾਂ ਦੇ ਕੋਲ ਜਨਾਬਿਆਂ ਲਈ ਦੂਜਾ ਮਿਸਤਰੀ ਪੁਣਾ ਵੀ ਕਰਦੇ ਸੀ, ਆਪਣਾ ਸਾਰਾ ਕਾਰੋਬਾਰ ਮਸ਼ੀਨਾਂ ਦੀਆਂ, ਗਰਾਊਂਡ ਸਪੀਟਾਂ, ਲਟਰ ਪਟਰ, ਹਰ ਸ਼ਾਇ ਮੁਰੰਮਤ ਕਰਕੇ ਦਿੰਦੇ ਸੀ। ਇਹ ਮਸ਼ੀਨ ਜਨਾਬ ਕੈਂਪ ਭਰਵਾਣੇ ਦੇ ਵਿੱਚ ਮਸ਼ੀਨ ਨੇ 9 ਕਨਾਲ ਦਾ ਕਿੱਲਾ ਕੱਟਿਆ ਜਨਾਬਿਆਂ ਲਈ, ਇਹ ਤੁਹਾਡੇ ਨਜ਼ਰ ਸਾਹਮਣੇ ਮਾਰ ਲਓ, 9 ਕਨਾਲ ਦਾ ਕਿੱਲਾ, ਪੱਕਾ 6,000 ਬਾਟਾ ਰੇਟ ਜਨਾਬ, ਠੀਕ ਹੈ। ਇਹ ਤੁਹਾਡੇ ਸਾਹਮਣੇ ਪਲਾਟ ਕੱਟੀ ਜਾ ਰਹੀ ਹੈ ਮਸ਼ੀਨ, ਉੱਥੇ ਵੀ ਮਸ਼ੀਨ ਚਲਾਈ ਹੈ, ਪਹਿਲੇ ਦਿਨ ਚਲਾਈ ਹੈ ਜਨਾਬਿਆਂ ਲਈ ਅਤੇ ਦੂਜੇ ਦਿਨ ਬਾਰਿਸ਼ ਆ ਗਈ ਹੈ, ਤੀਸਰੇ ਦਿਨ ਚਲਾਈ ਹੈ ਅਤੇ ਮੁੜਿਆਂ ਨੇ ਗਰੀਸ ਗਨ ਬਲੋਰ 'ਚ ਰੱਖੀ ਹੈ, ਬਲੋਰ ਦੇ ਨਾਲ ਰੱਖੀ ਹੈ ਜਨਾਬਿਆਂ ਲਈ, ਨਾਲ ਕੱਪੜਾ ਬੰਨਿਆ ਸੀ, ਕੱਪੜਾ ਬਲੋਰ ਨੇ ਛਿੱਕਿਆ, ਗਰੀਸ ਵੀ ਗਨ ਅੰਦਰ ਚਲੀ ਗਈ। 10-12 ਕਿੱਲੇ ਕਟਾਈ ਜਾਂ 15 ਕਿੱਲੇ ਕਟਾਈ ਹੋਈ ਹੈ, ਉਸ ਤੋਂ ਬਾਅਦ ਜਨਾਬ ਬਲੋਰ ਲਗਾ ਗਿਆ, ਗਰੀਸ ਗਨ ਲਗੀ ਗਈ ਜਨਾਬ, ਉਸ ਤੋਂ ਬਾਅਦ ਮਸ਼ੀਨ ਪੰਪ 'ਤੇ ਵਾਪਸ ਆ ਗਈ। ਮਸ਼ੀਨ ਨੇ ਸਾਰਾ ਦਿਨ ਜਨਾਬੇ ਲਈ ਬਲੋਰ ਥੱਲੇ ਲਾ ਕੇ ਉਸ ਬਲੋਰ ਨੂੰ ਸਿੱਧਾ ਪੱਧਰਾ ਕੀਤਾ, ਵਲੈਤੀ ਬਲੋਰ ਸੀ ਉਹ ਹੀ ਸਿੱਧਾ ਪੱਧਰਾ ਹੋ ਗਿਆ ਜਨਾਬ, ਸਾਰਾ ਰਾਤੀ ਮਸ਼ੀਨ ਫਿੱਟ ਟੱਲੀ ਹੋ ਗਈ।
ਸੁਬਹਾ ਮਸ਼ੀਨ ਫਿਰ ਚਲਾਈ ਜਨਾਬ, ਮਸ਼ੀਨ ਨੇ 40 ਤੋਂ 45 ਕਿੱਲਾ ਕਟਾਈ ਕੀਤੀ, ਨੌ ਕਨਾਲ ਦਾ ਕਿੱਲਾ 40 ਤੋਂ 45 ਕਿੱਲੇ ਮਸ਼ੀਨ ਕਟਾਈ ਕੀਤੀ। ਉਸ ਤੋਂ ਬਾਅਦ ਜਨਾਬ ਅਗਲੇ ਦਿਨ ਫਿਰ ਬਾਰਿਸ਼ ਆ ਗਈ, ਫਿਰ ਜਨਾਬ ਬ੍ਰੇਕ ਲੱਗ ਗਈ। ਉਸ ਤੋਂ ਬਾਅਦ ਫਿਰ ਜਨਾਬ ਅਗਲੇ ਦਿਨ ਮਸ਼ੀਨ ਚਲਾਈ, ਮਸ਼ੀਨ ਨੇ ਫਿਰ 40 ਤੋਂ 45 ਕਿੱਲੇ ਕੀਤਾ ਜਨਾਬ। ਉੱਥੇ ਇੱਕ ਹਫ਼ਤਾ ਮਸ਼ੀਨ ਚੱਲਦੀ ਰਹੀ ਹੈ ਜਨਾਬੇ ਵਾਲੀ, ਇੱਕ ਹਫ਼ਤੇ ਦੇ ਦੌਰਾਨ ਜਨਾਬੇ ਵਾਲੀ ਹਫ਼ਤਾ ਚੱਲੀ ਹੈ, 7 ਦਿਨ ਚੱਲੀ ਕੀ ਨਹੀਂ ਚੱਲੀ। ਉੱਥੇ ਮਸ਼ੀਨ ਚੱਲੀ ਹੈ ਜਨਾਬੇ ਵਾਲੀ, ਬਾਰਿਸ਼ਾਂ ਦੇ ਵਿੱਚ ਬਾਰਿਸ਼ ਆ ਗਈ, ਬਾਰਿਸ਼ ਟੁਰ ਗਈ, ਕਟਾਈ ਹੋ ਰਹੀ ਹੈ ਅਤੇ ਕੰਮ ਅੱਛਾ ਸੀ। ਪਲਾਟਾਂ ਦਾ ਕੰਮ ਸੀ, 9 ਕਨਾਲ ਦਾ ਕਿੱਲਾ ਸੀ, 6000 ਰੁਪਇਆ ਰੇਟ ਸੀ। ਅਤੇ ਉੱਥੇ ਜਨਾਬ ਕੰਮ ਕਰਨ ਤੋਂ ਬਾਅਦ ਜਨਾਬ ਅਸੀਂ ਖੁਦ ਵੀ ਮਸ਼ੀਨ ਦੀ ਡਰਾਈਵ ਕਰਦੇ ਰਹੇ ਹਾਂ। ਡਰਾਈਵ ਕਰਨ ਤੋਂ ਬਾਅਦ ਸਾਡੇ ਨਾਲ ਕੀ ਬਣਿਆ ਕੀ ਨਹੀਂ ਬਣਿਆ ਉਹ ਵੀ ਸੂਰਤ ਹਾਲ ਤੁਹਾਨੂੰ ਦਿੰਦੇ ਹਾਂ ਜਨਾਬੇ ਲਈ। ਨਾਲ ਇੱਥੇ 15-40 ਮਸ਼ੀਨ ਲੱਗੀ ਰੀਕੰਡੀਸ਼ਨ, ਜਿਹੜੀਆਂ ਤੁਸੀਂ ਟਿਕਟੋਕਾਂ ਵੇਖੀਆਂ ਹੁੰਦੀਆਂ, ਉਹ ਮਸ਼ੀਨ ਵੀ ਪੂਰੇ ਭਾਰ ਨਾਲ ਚੱਲਦੀ ਰਹੀ ਉੱਥੇ ਜਨਾਬੇ ਵਾਲੀ। ਜਿੰਨੀ ਕੁ ਭਜਾ ਸਕਦੇ ਅਸੀਂ ਮਸ਼ੀਨ ਨੂੰ ਭਜਾਉਂਦੇ ਸੀ, ਬਹੁਤ ਅੱਛੀ ਮਸ਼ੀਨ ਉਹ ਵੀ ਚੱਲੀ ਹੈ। ਉਹਨਾਂ ਦਾ ਕਹਿਣਾ ਸੀ ਕਿ ਅਸੀਂ ਬਲੋਚਿਸਤਾਨ ਗਏ ਹਾਂ, ਬਲੋਚਿਸਤਾਨ ਵਾਪਸ ਆਏ ਹਾਂ। ਇਸ ਤੋਂ ਬਾਅਦ ਜਨਾਬ ਅਸੀਂ ਇਹ ਮਸ਼ੀਨ ਖੁਦ ਡਰਾਈਵ ਕਰ ਰਹੇ ਹਾਂ, ਇਹ ਵੀਡੀਓ ਪਾਈ ਹੈ ਜਨਾਬੇ ਵਾਲੀ, ਅਸੀਂ ਖੁਦ ਮਸ਼ੀਨ ਡਰਾਈਵ ਕੀਤੀ ਹੈ। ਇਹਦੇ ਬਾਰੇ ਤੁਹਾਨੂੰ ਦੱਸਣੇ ਜਨਾਬ ਸਾਰੀ ਰਿਪੋਰਟ ਜੀ। ਦੋਸਤੋ ਵੀਰੋ ਸਾਜਣੋ, ਡਰਾਈਵ ਕਰਨ ਤੋਂ ਬਾਅਦ ਜਨਾਬੇ ਵਾਲੀ ਵੀਡੀਓ ਪਾਤੀ, ਵੀਡੀਓ ਵਾਇਰਲ ਹੋ ਗਈ। ਸਾਰੇ ਭਰਾਵਾਂ ਵੀਡੀਓ ਵੇਖ ਲਈ, ਵੀਡੀਓ ਵੇਖ ਕੇ ਜਨਾਬ ਕਿਸੇ ਮੇਰੇ ਭਰਾ ਨੇ ਮਾਸ਼ਾਅੱਲਾ ਨਹੀਂ ਆਖਿਆ, ਉਹਨਾਂ ਕਿਹਾ ਮਾਸ਼ਾਅੱਲਾ ਵੀ ਤੁਹਾਨੂੰ ਘੱਟ ਤੀਸ। ਲਓ ਜੀ ਰਾਤੀ ਮੰਜੀ ਘੁੰਮ ਗਈ, ਜਿੱਥੇ ਮੈਂ ਰਾਤੀ ਸੁੱਤਾ ਮੰਜੀ 2 ਵਾਰੀ ਮੇਰੀ ਥੱਲੇ ਸਹੀ ਲੱਗਾ ਵੀ ਮੰਜੀ ਨਿਕਲ ਗਈ ਹੈ। ਸੁਬਹਾ ਜਨਾਬ ਅੱਲਾਹ ਤਾਲਾ ਚੁੱਕ ਕੇ ਥੱਲੇ ਮਾਰਿਆ ਜਨਾਬੇ ਵਾਲੀ, ਆਪਣੇ ਬਾਜ਼ੂ ਦਾ ਨੁਕਸਾਨ ਕਰਾਇਆ, ਬਾਜ਼ੂ ਦੀ ਹੱਡੀ ਫੈਕਚਰ ਹੋ ਗਈ। ਉਸ ਤੋਂ ਬਾਅਦ ਅਸੀਂ ਘਰ ਆ ਗਏ ਜਨਾਬੇ ਵਾਲੀ, ਅਤੇ ਘਰ ਤੋਂ ਬਾਅਦ ਜਨਾਬੇ ਵਾਲੀ ਮਸ਼ੀਨ ਲਿਆ ਕੇ ਜਨਾਬ ਤਰਪਾਲ ਪਾਤੀ, ਇਹ ਗੱਲ ਅਤੇ ਇਹ ਬਾਤ। ਅਤੇ 650 ਕਿੱਲਾ ਕਟਾਈ, ਅਤੇ ਜਿਹੜੇ ਰੇਟ ਨੇ, ਜਿਹੜੇ ਜਿਹੜੇ ਕੀ ਦਿਨ ਹੋਇਆ ਕੀ ਨਹੀਂ ਹੋਇਆ, ਸਾਰੀ ਡਿਟੇਲ ਆਪਣੇ ਭਰਾਵਾਂ ਸੱਜਣਾ ਵੀਰਾਂ ਨੇ ਸਾਰਿਆਂ ਨੂੰ ਦੱਸ ਦਿੱਤੀ ਜਨਾਬੇ ਵਾਲੀ। ਆਖਰੀ ਜੁਮਲੇ ਦੇ ਨਾਲ ਵਸਦੇ ਰਹੋ ਸੱਜਣੋ, ਜ਼ਿਆਦਾ ਚਾਹਨਾ ਤੁਹਾਡਾ ਭਰਾ ਇਜਾਜ਼ ਤਾਰੜ, ਜ਼ਿੰਦਗੀ ਰਹੀ ਤਾਂ ਫਿਰ ਮੁਲਾਕਾਤ ਹੋਵੇ ਦੀ। ਅਗਰ ਤੁਹਾਡਾ ਨੁਕਸਾਨ ਨਾ ਕਰ ਭਲਾ ਨਾ ਕਰ ਸਕਿਆ ਤਾਂ ਇਨਸ਼ਾਅੱਲਾ ਨੁਕਸਾਨ ਨਾ ਕਰਨ ਦਾ। ਮਿਹਰਬਾਨੀ ਪਰਦੇਸੀ ਭਰਾਓ ਵਸਦੇ ਜੀ। ਦੋਸਤੋ ਵੀਰੋ ਸੱਜਣੋ, ਨਵੀਆਂ ਮਸ਼ੀਨਾਂ ਲੈਣ ਵਾਲੇ ਭਰਾ ਸਾਡੀ ਮੁਕੰਮਲ ਵੀਡੀਓ ਵੇਖ ਕੇ ਫਿਰ 3-3 ਕਰੋੜ 4-4 ਕਰੋੜ ਨੂੰ ਹੱਥ ਪਾਇਓ। ਮਸ਼ੀਨਾਂ ਮਾਸ਼ਾਅੱਲਾ ਬਹੁਤ ਮਹਿੰਗੀਆਂ ਹੋ ਚੁੱਕੀਆਂ ਜਨਾਬੇ ਵਾਲੀ, ਅਤੇ ਪਾਕਿਸਤਾਨ ਦੇ ਵਿੱਚ ਮਸ਼ੀਨਰੀ ਜ਼ਿਆਦਾ ਹੋ ਗਈ ਹੈ ਅਤੇ ਕੰਮ ਘੱਟ ਗਿਆ ਜੇ। ਮੁੰਜੀ ਦਾ ਸੀਜ਼ਨ ਤਮਾਮ ਮਸ਼ੀਨਾਂ ਕਬੂਟਾ ਕਰਨ ਦੀਆਂ, ਅਤੇ ਕਣਕ ਦੇ ਸੀਜ਼ਨ ਜਿਹੜੇ ਨੇ ਉਹ ਮਸ਼ੀਨਾਂ ਦੇ ਰਹਿ ਗਏ ਨੇ, ਅਤੇ ਉਹ ਵੀ ਚੰਦ ਦਿਨਾਂ ਦੇ ਰਹਿ ਗਏ ਨੇ ਕਿਉਂਕਿ ਮਸ਼ੀਨ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਸੀਜ਼ਨ ਘੱਟ ਗਏ ਨੇ। ਬਾਕੀ ਜਨਾਬ ਤੁਹਾਡੀਆਂ ਆਪਣੀਆਂ ਮਰਜ਼ੀਆਂ, ਸਾਡੀ ਭਰੋ 4 ਕਰੋੜ ਭਰੋ, 5 ਕਰੋੜ ਭਰੋ, ਮੈਂ ਤਾਂ ਤੁਹਾਨੂੰ ਮਸ਼ਵਰਾ ਦਿਆਂਗਾ ਛੋਟੀਆਂ ਮਸ਼ੀਨਾਂ ਲਵੋ, 40-45-50 ਕਰੋੜ ਤੋਂ ਥੱਲੇ ਥੱਲੇ ਵਾਲੀਆਂ ਮਸ਼ੀਨਾਂ ਲੈ ਕੇ ਪੈਸੇ ਜਨਾਬਿਆਂ ਲਈ, ਉਹਨਾਂ ਨੇ ਵੀ ਉਨਾ ਹੀ ਕਮਾਉਣੇ ਜੇ। ਇਹ ਜਹਾਜ਼ 3 ਕਰੋੜ 2.5 ਕਰੋੜ ਦਾ ਅਸੀਂ ਰੱਖਿਆ ਜੇ, ਇਹਨੇ ਵੀ ਕਮਾਈ ਜਿਹੜੀ ਕੀਤੀ ਤੁਹਾਡੇ ਸਾਹਮਣੇ ਵੇ। ਅੱਲਾਹ ਹਾਫਜ਼, ਦੱਸਦੇ ਰਹੋ।